ਕਹਾਣੀ ਪੇਮੀ ਦੇ ਨਿਆਣੇ ਲੇਖਕ ਸੰਤ ਸਿੰਘ ਸੇਖੋ ਪਰ ਪੰਜਾਬੀ ਚੈਨਲ ਨਾਲ ਜੁੜੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਾਂ ਮੈਂ ਦੱਸਣਾ ਚਾਹਾਂਗੀ ਕਿ ਇਹ ਕਹਾਣੀ ਬੀਏ ਬੀਐਸਸੀ ਬੀਕੋਮ ਸੈਮੈਸਟਰਸ ਦੂਜਾ ਦੇ ਵਿੱਚ ਦੋ ਰੰਗ ਪੁਸਤਕ ਤੇ ਦਰਜ ਹੈ ਜੋ ਕਿ ਜੋ ਕਿ 20 ਅੰਕਾਂ ਦੇ ਅਨੁਸਾਰ ਐਗਜ਼ਾਮ ਦੇ ਵਿੱਚ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਜਿਸ ਦਾ ਅਸੀਂ ਉੱਤਰ ਜਿਹੜਾ ਹੈ ਬਹੁਤ ਸੱੱਲੀ ਬਖਸ਼ਟਾ ਅੰਗ ਨਾਲ ਉਸ ਪੇਪਰ 'ਤੇ ਲਿਖਾਂਗੇ ਇਹ ਕਹਾਣੀ ਦੀ ਸਾਰੀ ਸਥਿਤੀ ਵੀ ਦੱਸਾਂਗੇ ਘਟਨਾਵਾਂ ਦੱਸ ਘਟਨਾ ਤੇ ਕੋਈ ਇਸ ਕਹਾਣੀ ਚ ਨਹੀਂ ਵਾਪਰੀ ਪਰ ਜੋ ਵੀ ਇੱਕ ਸਥਿਤੀ ਹੈ ਉਸ ਸਥਿਤੀ ਨੂੰ ਦੱਸਣ ਤੋਂ ਬਾਅਦ ਅਸੀਂ ਇਸ ਕਹਾਣੀ ਦੇ ਮੁੱਖ ਨੁਕਤੇਾਂ ਤੇ ਗੱਲ ਕਰਦੇ ਹਾਂ ਕਹਾਣੀ ਦਾ ਜੋ ਵਿਸ਼ਾ ਹੈ ਉਹ ਬਾਲ ਮਾਨਸਿਕਤਾ ਦਾ ਪ੍ਰਕਟਾਵਾ ਹੈ ਅਸੀਂ ਇਹ ਵੇਖਦੇ ਹਾਂ ਕਿ ਇਸ ਕਹਾਣੀ ਵਿੱਚ ਲੇਖਕ ਤੇ ਉਸ ਦੀ ਭੈਣ ਦੋਵੇਂ ਆਪਣੇ ਪਿਤਾ ਦੀ ਰੋਟੀ ਦੇਣ ਵਾਸਤੇ ਜਾ ਰਹੇ ਆ ਤੇ ਕਹਾਣੀਕਾਰ ਨੇ ਦੱਸਿਆ ਕਿ ਜਦੋਂ ਉਹ ਖੇਤ ਦੇ ਵਿੱਚ ਬਾਪੂ ਦੀ ਰੋਟੀ ਦੇਣ ਜਾਂਦੇ ਹਨ ਤੇ ਰਾਹ ਵਿੱਚ ਆਉਂਦੀ ਇੱਕ ਸੜਕ ਪਾਰ ਕਰਨ ਤੋਂ ਬੱਚੇ ਡਰਦੇ ਹਨ ਕਿਉਂਕਿ ਸੜਕ ਦੇ ਉੱਪਰ ਉਸ ਵੇਲੇ ਇੱਕ 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 ਰਾਸ਼ਾ ਕਹਿ ਸਕਦੇ ਹਾਂ ਇੱਕ ਵਿਅਕਤੀ ਪਠਾਨ ਸੁੱਤਾ ਸੀ ਜਿਸ ਨੂੰ ਜਿਸ ਤੋਂ ਬੱਚੇ ਡਰਦੇ ਸਨ ਤੇ ਉਸ ਨੂੰ ਉਸ ਤੋਂ ਸੜਕ ਪਾਰ ਕਰਨ ਵੇਲੇ ਉਹਨਾਂ ਨੂੰ ਵੱਡੀ ਮੁਸ਼ਕਲ ਲੱਗ ਰਹੀ ਸੀ ਕਿ ਅਸੀਂ ਉਸ ਨੂੰ ਕੀ ਆਖ ਕੇ ਸੜਕ ਪਾਰ ਕਰਾਂਗੇ ਲੇਖਕ ਉਸ ਵਰੇ 7 ਕਵਰਿਆਂ ਦਾ ਸੀ ਉਸ ਸਮੇਂ ਤੇ ਉਹਦੀ ਭੈਣ 11 ਸਾਲਾਂ ਦੀ ਸੀ ਤੇ ਉਹਨਾਂ ਦਾ ਖੇਤ ਘਰ ਤੋਂ 1 ਮੀਲ ਦੀ ਦੂਰ ਤੇ ਦੂਰੀ ਤੇ ਅਸੀਂ ਤੇ ਰਸਤੇ ਦੇ ਵਿੱਚ ਇੱਕ ਜਰਡੈਲੀ ਸੜਕ ਸੀ ਜਿੱਥੋਂ ਉਹ ਲੰਘ ਕੇ ਆਪਣੇ ਖੇਤਾਂ ਤੱਕ ਜਾਂਦੇ ਸੀ ਕਹਾਣੀਕਾਰ ਤੇ ਉਹਦੀ ਭੈਣ ਦੋਵੇਂ ਬਾਪੂ ਨੂੰ ਅਤੇ ਕਾਮੇ ਦੀ ਰੋਟੀ ਫੜਾਉਣ ਖੇਤਾਂ 'ਚ ਜਾਂਦੇ ਸੀ ਪਰ ਉਹ ਹਾ ਹਾ ਰੋਜ਼ ਕੋਈ ਨਾ ਕੋਈ ਆਸਰਾ ਪਾਲਦੇ ਸਨ ਲੇਖਕ ਇੱਕ ਦਿਨ ਦੀ ਗੱਲ ਕਰ ਰਿਹਾ ਕਿ ਉਹ ਸਿਆਲ ਦਾ ਦਿਨ ਸੀਗਾ ਸਰਦੀਆਂ ਦਾ ਤੇ ਭੈਣ ਤੇ ਭਰਾ ਦੋਵੇਂ ਖੇਤਾਂ ਨੂੰ ਚੱਲ ਪਏ ਤੇ ਉਹ ਵੇਖ ਰਹੇ ਸਨ ਕਿ ਦੂਰੋਂ ਕੋਈ ਉਹਨਾਂ ਨੂੰ ਪਿੰਡ ਦਾ ਜਾਂ ਕੋਈ ਵਿਅਕਤੀ ਮਿਲ ਜਾਏ ਜਿਸ ਦੇ ਆਸਰੇ ਨਾਲ ਉਹ ਸੜਕ ਪਾਰ ਕਰ ਲੈਣ ਪਰ ਉਸ ਦਿਨ ਉਹਨਾਂ ਨੂੰ ਕੋਈ ਵੀ ਨਹੀਂ ਮਿਲਿਆ ਤੇ ਉਹ ਦੋਨੋਂ ਹੀ ਆਪਣਾ ਦਰਦ ਬੋੜ ਵਾਸਤੇ ਕਈ ਤਰ੍ਹਾਂ ਦੇ ਮਨ ਦੇ ਵਿੱਚ ਖਿਆਲ ਜਿਹੜੇ ਹਨ ਉਹ ਬੁਣਦੇ ਆ ਖਿਆਲ ਪ੍ਰਗਟ ਕਰਦੇ ਆ ਤੇ ਭੈਣ ਜਿਹੜੀ ਕਿਉਂਕਿ ਵੱਡੀ ਆ ਤੇ ਆਪਣੇ ਛੋਟੇ ਭਰਾ ਦਾ ਦਰਦ ਬੋਣ ਵਾਸਤੇ ਉਹ ਇੱਕ ਰਾਜੇ ਰਾਣੀ ਦੀ ਕਹਾਣੀ ਸੁਣਾਉਂਦੀ ਆ ਤੇ ਘਾੜੀਕਾਰ ਦਾ ਮਨ ਡਰ ਹੋਣ ਕਰਕੇ ਕਹਾਣੀ ਚ ਨਹੀਂ ਲੱਗਦਾ ਉਹ ਭੈਣ ਰਾਜਾ ਤੇ ਰਾਣੀ ਦੀ ਕਹਾਣੀ ਸੁਣਾਉਂਦੀ ਆ ਕਿ ਰਾਣੀ ਦੇ ਦੋ ਪੁੱਤਰ ਸੀ ਤੇ ਰਾਣੀ ਮਰਨ ਤੋਂ ਬਾਅਦ ਰਾਜੇ ਤੋਂ ਰਾਣੀ ਰਾਜੇ ਬ੍ਰਹਮਰਨ ਤੋਂ ਪਹਿਲਾਂ ਰਾਜੇ ਤੋਂ ਨੇ ਇਕਰਾਰ ਲਿਆ ਉਸਦੇ ਮਰਨ ਤੋਂ ਮਗਰੋਂ ਰਾਜਾ ਦੂਜਾ ਵਿਆਹ ਨਹੀਂ ਕਰਾਏਗਾ ਤੇ ਇਹ ਇਸ ਤਰ੍ਹਾਂ ਦੀ ਕਹਾਣੀ ਨੂੰ ਖਤਮ ਕਰਨ ਤੋਂ ਬਾਅਦ ਫਿਰ ਉਹ ਅਗਲੀ ਕਹਾਣੀ ਸ਼ੁਰੂ ਕਰਦੀ ਆ ਪਰ ਉਹਨਾਂ ਦੋਹਾਂ ਦਾ ਮਨ ਜਿਹੜਾ ਹੈ ਉਚਾਟ ਹੈ ਕਿਉਂਕਿ ਉਹਨਾਂ ਦੇ ਮਨ ਵਿੱਚ ਡਰ ਦਾ ਭਾਵ ਹੈ ਜਿਸ ਤੋਂ ਬਚਣ ਲਈ ਉਹ ਦੋਵੇਂ ਕੋਈ ਨਾ ਕੋਈ ਸਹਾਰਾ ਪਿੱਛੇ ਮੁੜ ਮੁੜ ਕੇ ਦੇਖਦੇ ਆ ਕਿ ਕੋਈ ਨਾ ਕੋਈ ਉਹਨਾਂ ਨੂੰ ਮਿਲੇਗਾ ਰਾਸ਼ੀਏ ਤੇ ਸੜਕ ਉੱਪਰ ਸੁੱਤੇ ਹੋਣ ਤੋਂ ਡਰਦੇ ਆਸਰਾ ਭਾਲਦੇ ਆ ਤੇ ਕਦੇ ਵਾਇਗਰੂ ਦਾ ਨਾਮ ਲੈਂਦੇ ਆ ਕਦੇ ਕਥਾ ਸੁਣਾਉਂਦੇ ਆ ਤੇ ਕਦੇ ਮੁੜ ਮੁੜ ਕੇ ਪਿੱਛੇ ਦੇਖਦੇ ਤੇ ਦੋਹਾਂ ਨੂੰ ਦੋਹਾਂ ਦਾ ਖਿਆਲ ਸੀ ਕਿ ਬਾਤ ਦੇ ਕਰਕੇ ਸੜਕ ਪਾਰ ਕਰ ਜਾਣਗੇ ਪਰ ਉਹ ਥੋੜ੍ਹੋਂ ਦੋਨੋਂ ਥੋੜਾ ਜਿਹਾ ਉਰੇ ਡਰ ਕੇ ਖਲੋਗੇ ਕਿਉਂਕਿ ਰਾਸ਼ਾ ਜਿਹੜਾ ਸੀ ਹਲੇ ਵੀ ਉੱਥੇ ਸੁੱਤਾ ਹੋਇਆ ਸੀ ਤੇ ਉਹ ਉਹਨੂੰ ਉਹਦੇ ਕੋਲੋਂ ਨੇੜੇੋਂ ਸੜਕ ਪਾਰ ਕਰਨ ਵੇਲੇ ਉਹ ਡਰਦੇ ਸੀ ਔਰ ਲੇਖਕ ਨੇ ਦੱਸਿਆ ਕਿ ਜਾਇਜ਼ ਕਹਾਣੀ 'ਚ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜਾ ਕਾਲੇ ਕਾਲੇ ਕੱਪੜੇ ਤੇ ਕਾਲੀ ਵਾਸਕਟ ਤੇ ਪਠਾਣਾ ਵਰਗੀ ਸਲਵਾਰ ਪਾਈ ਇੱਕ ਲੰਮਾ ਜਿਹਾ ਆਦਮੀ ਜਿਹੜਾ ਸੀ ਉਹਦਾ ਜਿਹੜਾ ਸਰੀਰ ਘਟਾਂਚਾ ਸੀ ਉਹ ਇਹਨੂੰ ਉਹਨੂੰ ਵੇਖ ਕੇ ਬੱਚੇ ਡਰ ਜਾਂਦੇ ਹਨ ਤੇ ਵਾਇਗਰੂ ਦਾ ਨਾਮ ਲੈਂਦੇ ਆ ਤੇ ਨਾਲ ਹੀ ਕਹਿੰਦੇ ਆ ਕਿ ਵਾਇਗਰੂ ਤੋਂ ਭੂਤ ਪ੍ਰੇਤ ਵੀ ਡਰਦੇ ਆ ਤੇ 5-7 ਮਿੰਟ ਦੋਵੇਂ ਸਾਮਕੇ ਖੜੇ ਰਹਿੰਦੇ ਆ ਉਸ ਤੋਂ ਬਾਅਦ ਫਿਰ ਦੋਨੋਂ ਚੱਲ ਪੈਂਦੇ ਆ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ ਕਦੇ ਉਹ ਆਪਣੀਆਂ ਪ੍ਰਾਣੀਆਂ ਭੂਤਾ ਪ੍ਰੇਤਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਤੇ ਕਦੇ ਉਹ ਆਪਣੇ ਘਰ ਤੋਂ ਸੁਣੀਆਂ ਡਰ ਵਾਲੀਆਂ ਗੱਲਾਂ ਨੂੰ ਉੱਥੇ ਯਾਦ ਕਰਦੇ ਹੋਏ ਹੋਰ ਜ਼ਿਆਦਾ ਡਰ ਜਾਂਦੇ ਆ ਤੇ ਕਹਾਣੀਕਾਰ ਇਹ ਦੱਸ ਰਿਹਾ ਆ ਕਿ ਸਾਨੂੰ ਹਮੇਸ਼ਾ ਜਦੋਂ ਵੀ ਅਸੀਂ ਬੱਚਿਆਂ ਨੂੰ ਕੁਝ ਕਥਾ ਸੁਣਾਉਂਦੇ ਹਾਂ ਜਾਂ ਅਸੀਂ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਉਹਨਾਂ ਦਾ ਮਨੋਰੰਜਨ ਕਰਨ ਲਈ ਕੁਝ ਸੁਣਾਉਂਦੇ ਹਾਂ ਤੇ ਸਾਨੂੰ ਹਮੇਸ਼ਾ ਉਹਨਾਂ ਨੂੰ ਬਹਾਦਰੀ ਵਾਲੀਆਂ ਗੱਲਾਂ ਹੀ ਸਿਖਾਉਣੀਆਂ ਚਾਹੀਦੀਆਂ ਹਨ ਡਰ ਨਹੀਂ ਪੈਦਾ ਕਰਨਾ ਚਾਹੀਦਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਪ੍ਰਕਾਰ ਕਹਾਣੀ ਦੀ ਇੱਕ ਸਥਿਤੀ ਇਹ ਹੈ ਉਸ ਤੋਂ ਅੱਗੇ ਕਹਾਣੀਕਾਰ ਨੇ ਇਹ ਵੀ ਦੱਸਿਆ ਹੈ ਕਿ ਬੱਚਿਆਂ ਵਾਸਤੇ ਜਿਹੜਾ ਸਭ ਤੋਂ ਵੱਡਾ ਆਸਰਾ ਹੈ ਉਹ ਉਹਨਾਂ ਦੇ ਮਾਪੇ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਉਹ ਹੌਸਲਾ ਤੇ ਪ੍ਰੇਰਣਾ ਜਿਹੜਾ ਹੈ ਉਹ ਮਾਂ ਕੋਲੋਂ ਜਾਂ ਪਿਤਾ ਕੋਲੋਂ ਮਿਲਦਾ ਹੈ ਤੇ ਬਾਲਮਗੋ ਮਨੋਵ ਗਿਆਨ ਨਾਲ ਜੁੜੀ ਇਸ ਕਹਾਣੀ ਦੇ ਵਿੱਚ ਬੱਚੇ ਬਹੁਤ ਸਾਰੀਆਂ ᔪਗਤਾں ਇਸਤੇਮਾਲ ਕਰਦੇ ਆ ਡਰ ਤੋਂ ਬਚਨ ਕਰਕੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਪਹਿਲਾਂ ਵਾਇਗਰੂ ਦਾ ਅਸਲਾ ਲੈਂਦੇ ਆ ਕਥਾ ਦਾ ਆਸਰਾ ਲੈਂਦੇ ਆ ਜਾਂ ਪ੍ਰਾਣੇ ਆਪਣੇ ਜੋ ਉਹਨਾਂ ਨੂੰ ਘਰ ਦੇ ਵਿੱਚ ਪਹਿਲਾਂ ਕਹਾਣੀਆਂ ਸੁਣਾਈਆਂ ਗਈਆਂ ਹੁੰਦੀਆਂ ਹਨ ਉਹਨਾਂ ਦਾ ਦੇ ਆਸਰੇ ਤੇ ਅਗਲੇ ਲੰਘਣ ਦੀ ਕੋਸ਼ਿਸ਼ ਕਰਦੇ ਆ ਪਰ ਕੋਈ ਵੀ ਸਥਿਤੀ ਕੋਈ ਵੀ ਮੁਸ਼ਕਲ ਕੋਈ ਵੀ ਆਸਰਾ ਉਹਨਾਂ ਨੂੰ ਨਹੀਂ ਮਿਲਦਾ ਤੇ ਅੰਤ ਵਿੱਚ ਉਹ ਇਹ ਫੈਸਲਾ ਕਰਦੇ ਆ ਕਿ ਉਹਦੀ ਭੈਣ ਕਹਿੰਦੀ ਆ ਕਿ ਨਹੀਂ ਅਸੀਂ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਉਸ ਰਾਸ਼ੇ ਨੂੰ ਅਸੀਂ ਆਖਾਂਗੇ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤੇ ਸਾਨੂੰ ਰਾਸ਼ਾ ਨਹੀਂ ਫੜੇਗਾ ਹੁਣ ਇਹ ਤੇ ਪੇਮੀ ਦੇ ਨਿਆਣੇ ਦਾ ਜ਼ਿਕਰ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਬੱਚਿਆਂ ਨੂੰ ਆਪਣੀ ਮਾਂ ਦਾ ਨਾਮ ਲੈ ਕੇ ਉਥੋਂ ਲੰਘਣਾ ਜਿਹੜਾ ਹੈ ਉਸ ਔਖਾ ਲੱਗ ਰਿਹਾ ਕਹਾਣੀਕਾਰ ਨੂੰ ਆਪਣੀ ਭੈਣ ਦੇ ਮੂੰਹੋਂ ਪਿਆਰੀ ਸ਼ਬਦ ਬੜਾ ਹੀ ਮਿੱਠਾ ਲੱਗਾ ਤੇ ਉਸ ਨੂੰ ਲੱਗਾ ਕਿ ਜਦੋਂ ਵੀ ਕੋਈ ਮੁਸ਼ਕਲ ਹੁੰਦੀ ਆ ਤਾਂ ਅਸੀਂ ਆਪਣੇ ਮਾਪੇ ਦਾ ਨਾਮ ਲੈ ਕੇ ਉਸ ਮੁਸ਼ਕਲ ਨੂੰ ਪਾਰ ਕਰ ਸਕਦੇ ਹਾਂ ਤਾਂ ਇਹ ਬਾਲ ਮਨੋਵਿਗਿਆਨ ਹੈ ਲੇਖਕ ਨੇ ਉਸ ਨੂੰ ਮੁਸ਼ਕਲ ਉਸ ਨੂੰ ਪੇਸ਼ ਕੀਤਾ ਨਾਲ ਹੀ ਲੇਖਕ ਨੇ ਸਾਨੂੰ ਡਰ ਤੇ ਵਹਿਮ ਜਿਹੜੇ ਬੱਚਿਆਂ ਦੇ ਮਨ ਵਿੱਚ ਹੁੰਦੇ ਆ ਉਹਨਾਂ ਬਾਰੇ ਜ਼ਿਕਰ ਕੀਤਾ ਹੈ ਦੇ ਲੇਖਕ ਅਨੁਸਾਰ ਛੋਟੇ ਬੱਚਿਆਂ ਲਈ ਵੱਡਾ ਆਸਰਾ ਆਪਣੇ ਮਾਪਿਓ ਦਾ ਨਾਮ ਹੁੰਦਾ ਹੈ ਲੇਖਕ ਅਨੁਸਾਰ ਕਿਸੇ ਵੀ ਡਰ ਤੋਂ ਮੁਕਤ ਹੋਣ ਲਈ ਥੋੜਾ ਜਿਹਾ ਆਸਰਾ ਹੌਸਲਾ ਅਤੇ ਪ੍ਰੇਰਣਾ ਚਾਹੀਦੀ ਹੈ ਜੋ ਸਾਨੂੰ ਜਾਂ ਤਾਂ ਪ੍ਰਮਾਤਮਾ ਦੇ ਨਾਮ ਤੋਂ ਮਿਲਦੀ ਹੈ ਜਾਂ ਫਿਰ ਆਪਣੇ ਕਿਸੇ ਨਜ਼ਦੀਕੀ ਰਿਸ਼ਤੇ ਤੋਂ ਮਿਲਦੀ ਹੈ ਤੇ ਨਜ਼ਦੀਕੀ ਰਿਸ਼ਤੇ ਦੇ ਵਿੱਚ ਸਭ ਤੋਂ ਵੱਧ ਲੇਖਕ ਨੂੰ ਲੱਗਦਾ ਕਿ ਛੋਟੇ ਬੱਚਿਆਂ ਵਾਸਤੇ ਤਾਂ ਮਾਪੇ ਦਾ ਰਿਸ਼ਤਾ ਹੈ ਜਿਸ ਦਾ ਨਾਮ ਲੈ ਕੇ ਉਹ ਸੜਕ ਪਾਰ ਕਰ ਲੈਣਗੇ ਕਹਾਣੀ ਵਿੱਚ ਭੈਣ ਭਰਾ ਇਹ ਕਹਿ ਕੇ ਨੇ ਡਰੋ ਕੇ ਸੜਕ ਪਾਰ ਕਰ ਜਾਂਦੇ ਹਨ ਕਿਉਂ ਪੇਮੀ ਦੇ ਨਿਆਣੇ ਹਨ ਇਸ ਪ੍ਰਕਾਰ ਇਹ ਕਹਾਣੀ ਜਿੱਥੇ ਬਾਲ ਮਨੋਵਿਗਿਆਨ ਦੇ ਨਾਲ ਜੁੜੀ ਹੈ ਉਥੇ ਇਸ ਕਹਾਣੀ ਦੇ ਵਿੱਚ ਲੇਖਕ ਨੇ ਸਾਨੂੰ ਉਸ ਵੇਲੇ ਦੇ ਇਸ ਤਰ੍ਹਾਂ ਦੇ ਹਾਲਾਤ ਤੋਂ ਵੀ ਜਾਣੂ ਕਰਵਾਇਆ ਹੈ ਕਿ ਬੱਚੇ ਕਿਸ ਤਰ੍ਹਾਂ ਆਪਣੇ ਇੱਕ ਦੂਜੇ ਦਾ ਵੱਡਾ ਭਰਾ ਤੇ ਛੋਟੀ ਭੈਣ ਜਾਂ ਛੋਟਾ ਭਰਾ ਤੇ ਵੱਡੀ ਭੈਣ ਜਿਸ ਤਰ੍ਹਾਂ ਹੈ ਉਹ ਇੱਕ ਦੂਜੇ ਦਾ ਇੱਕ ਆਸਰਾ ਵੀ ਬਣਦੇ ਹੈ ਮਤਲਬ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੈ ਜਦੋਂ ਛੋਟਾ ਭਰਾ ਜਾ ਵੱਡੇ ਭੈਣ ਪ੍ਰਾਹਨ ਵੱਡਾ ਜਿਹੜਾ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ ਹੈ ਇਸ ਤਰ੍ਹਾਂ ਕਹਾਣੀ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਵਾਪਰਦਾ ਪਰ ਕਹਾਣੀ ਘਰ ਤੋਂ ਲੈ ਕੇ ਖੇਤਾਂ ਤੱਕ ਜਾਣ ਸਵੇ ਬੱਚਿਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੇ ਉਹਨਾਂ ਦੇ ਮਨ ਵਿੱਚ ਪਏ ਡਰ ਦੇ ਨਾਲ ਹੀ ਜੁੜੀ ਹੈ ਤੇ ਨਾਲ ਦੀ ਨਾਲ ਸਾਨੂੰ ਚਾਈਲਡ ਸਾਈਕੋਲੋਜੀ ਜਾਂ ਬਾਲ ਮਨੋਵਿਗਿਆਨ ਤੋਂ ਬਾਖੂਬੀ ਜਾਣੂ ਜਾਣੂ ਕਰਾਉਣ ਵਾਲੀ ਇਹ ਛੋਟੀ ਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਕਹਾਣੀ ਦੇ ਉਸ ਤਰਾ ਸਟੈਪ ਵਾਈਜ਼ ਲਿਖ ਸਕਦੇ ਆ ਕਿ ਕਿਹੜੀਆਂ-ਕਿਹੜੀਆਂ ਉਹਨਾਂ ਨੇ ਇੱਕ ਰਸਤੇ ਦੇ ਵਿੱਚ ਡਰ ਤੋਂ ਬਚਣ ਲਈ ਜੁਗਤਾਂ ਇਸਤੇਮਾਲ ਕੀਤੀਆਂ ਤੇ ਅੰਤ ਵਿੱਚ ਕਿਹੜੀ ਜੁਗਤ ਕਾਮਯਾਬ ਹੋ ਗਈ ਤੇ ਰਾਸ਼ਾ ਕੌਣ ਸੀ ਹੁਣ ਰਾਸ਼ਾ ਤੋਂ ਤੁਹਾਨੂੰ ਮਤਲਬ ਪਤਾ ਲੱਗਣਾ ਚਾਹੀਦਾ ਸਟੂਡੈਂਟਸ ਕਿ ਰਾਸ਼ਾ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਕਿ ਡੀਲਡ ਆਲ ਦੇ ਪੱਖੋਂ ਬਹੁਤ ਜਵਾਨ ਵੱਡਾ ਤੇ ਉਹਨੂੰ ਵੇਖ ਕੇ ਬੱਚੇ ਡਰ ਸਕਦੇ ਆ ਇਹ ਇੱਕ ਹੈ ਉਹ ਵੀ ਵਿਅਕਤੀ ਹੈ ਪਰ ਬੱਚਿਆਂ ਦੇ ਮਨ ਵਿੱਚ ਉਸ ਦਾ ਡਰ ਜਿਹੜਾ ਹੈ ਉਹ ਬੜਾ ਡੂੰਗਾ ਬੈਠਾ ਜਿਸ ਕਰਕੇ ਉਹ ਸੜਕ ਪਾਰ ਕਰਨ ਸਭੇ ਹਰ ਰੋਜ਼ ਹੀ ਆਸਰਾ ਭਾਲਦੇ ਆ ਇੱਕ ਦਿਨ ਜਦੋਂ ਉਹਨਾਂ ਨੂੰ ਆਸਰਾ ਨਹੀਂ ਮਿਲਦਾ ਤਾਂ ਉਹਨਾਂ ਦੇ ਮਨ ਤੇ ਕੀ ਬੀਤਦੀ ਹੈ ਉਸ ਤਾਂ ਇਸ ਕਹਾਣੀ ਦੇ ਵਿੱਚ ਲੇਖਕ ਨੇ ਪ੍ਰਕਟ ਆਵਾ ਬੜੀ ਸਹਿਜਤਾ ਨਾਲ ਤੇ ਬੜੀ ਸੰਵੇਦਨਾ ਨਾਲ ਕੀਤਾ ਹੈ